ਕਰ ਰਹੇ ਹੋ। ਇਸ ਪਾਵਨ ਪਵਿੱਤਰ ਅਸਥਾਨ ਦਾ ਨਾਮ ਹੈ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਔਰ ਇਸ ਸ਼ਹਿਰ ਦਾ ਨਾਮ ਹੈ ਸ਼੍ਰੀ ਅਨੰਦਪੁਰ ਸਾਹਿਬ। ਪਹਿਲਾਂ ਗੁਰੂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਦੀਪ ਚੰਦ ਦੀ ਵਿਧਵਾ ਰਾਣੀ ਦੇ ਕੋਲੋਂ ਇਹ ਸਾਰੀ ਜ਼ਮੀਨ ਮੁੱਲ ਲੈ ਕਰਕੇ ਇਸ ਸ਼ਹਿਰ ਦਾ ਨਾਮ ਆਪਣੀ ਸਤਿਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਮ ਉੱਤੇ ਚੱਕ ਮਾਤਾ ਨਾਨਕੀ ਰੱਖਿਆ। ਬਾਅਦ ਦੇ ਵਿੱਚ ਇਸ ਸ਼ਹਿਰ ਦਾ ਨਾਮ ਸ਼੍ਰੀ ਅਨੰਦਪੁਰ ਸਾਹਿਬ ਜੀ ਪ੍ਰਸਿੱਧ ਹੋਇਆ। ਜਨਮ ਸਥਾਨ ਕਰਕੇ ਨੰਦਾਂ ਦੇ ਪੂਰੀ ਇੱਥੇ ਨੰਦ ਹੀ ਨੰਦ ਰਹੇਗੀ। ਏਡਾ ਵੱਡਾ ਮੰਦਾ ਨਾ ਹੋਵੇਗਾ ਤੇ ਨਾ ਹੋਣਾ ਹੀ। ਇਸ ਤਰੀਕੇ ਨਵੀਂ ਨੌਜਵਾਨ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ, ਦੱਸਣਾ ਚਾਹੀਦਾ। ਉਹਦੇ ਵਿੱਚ ਜਿਹੜਾ ਸ਼ਰਾਫ ਗੁਰੂ ਦਿੱਤਾ ਉਹ ਛੇਵੇਂ ਪਾਸ਼ਾ ਦਾ ਪੂਰਾ ਹੈ। ਉਹਨਾਂ ਕਿਹਾ ਵੀ ਜਿਹੜਾ ਸਖਿੰਡੀ ਦਾਗ ਲੱਗਣ ਲੱਗਣਗੇ ਇਹਨਾਂ ਤਾਂ ਡਾਢੀਆਂ ਮਨਾਈਆਂ ਸਿਰ ਬਣਾ ਇਹ ਧਰਮ ਛੱਡਿਆ ਉਹਨਾਂ ਨੇ।
ਕਹੋਗੇ ਇਹੋ ਜਿਹੇ ਨੌਜਵਾਨਾਂ ਨੂੰ? ਕੀ ਅਸੀਂ ਤਾਂ ਇੱਥੇ ਜੋੜਨੇ, ਜਦ ਅੰਮ੍ਰਿਤ ਛਕੋ ਤਿਆਰ ਹੋ ਉਹਦੇ ਧਰਮ ਨੂੰ ਲਾਜ ਨਾ ਲਾ। ਇਹ ਧਰਮ ਨੂੰ ਲਾਜ ਲਾਉਣਾ ਜਿਹੜਾ ਧਰਮ ਤੋਂ ਦੂਜੇ ਧਰਮ 'ਚ ਜਾਣਾ। ਹੋਰ ਲੱਖ ਲੱਖ ਵਧਾਈ ਹੈ, ਸ਼ੁਕਰ ਹੈ, ਬੜੇ ਆਨੰਦ ਖੇੜੇ ਨੇ ਮਹਾਰਾਜ ਜੀ, ਲੰਗਰ ਚੱਲਦੇ ਨੇ, ਕੋਈ ਗੱਫੇ ਛੱਜਦੇ ਨੇ, ਕੋਈ ਸੰਗਤਾਂ ਨਿਹਾਲ ਨੇ, ਜਲ ਪੰਥ ਆਏ ਨੇ, ਗਹਿਮਾ ਗਹਿਮ। ਬਾਬਾ ਜੀ ਕਿੱਦਾਂ ਦੇ ਇੰਤਜ਼ਾਮ ਲੱਗੇ ਤੁਹਾਨੂੰ? ਠੀਕ ਹੈ ਇੰਤਜ਼ਾਮ? ਇਹ ਤਾਂ ਬੜੇ ਸੋਹਣੇ ਨੇ, ਬਹੁਤ ਸੋਹਣਾ ਇੰਤਜ਼ਾਮ ਹੈ। ਹੋਰ ਸੁਧਾ ਵੀ ਸੰਗਤ ਦਾ ਵੀ ਰਮਾਨ ਹੈ। ਇੱਕ ਪਿਛਲੇ ਕੇ ਠੰਡ ਜ਼ਿਆਦਾ ਸੀ, ਮੇਲਾ ਘੱਟ ਭਰੀ ਚਾਹੀ, ਇੱਕ ਠੰਡ ਕੋਨੀ, ਗੁਰੂ ਦੀ ਮਿਹਰ ਪਤਾ ਜੀ। ਵਾਹਿਗੁਰੂ।